ਗੁਰ ਰਸਨਾ ਅੰਮ੍ਰਿਤ ਬੋਲਦੀ। ਸਿੱਖੋ ਜਿੰਨੇ ਵੀ ਦੁਨੀਆਂ ਵਿੱਚ ਮਹਾਨ ਆਦਮੀ ਹੋਏ ਨਾ, ਉਹਨਾਂ ਦੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਸੀ ਕਿ ਉਹਨਾਂ ਦਾ ਆਪਣਾ ਤੇ ਭਾਵੇਂ ਸਭ ਕੁਝ ਵਿਗੜ ਜੇ ਪਰ ਉਹ ਦੂਜਿਆਂ ਦਾ ਸਵਾਗਤ ਕਰਦੇ ਸੀ। ਇਹੋ ਜਿਹਾ ਜੀਵਨ ਬਾਬਾ ਦੀਪ ਸਿੰਘ ਜੀ ਦਾ ਸੀ। ਆਓ ਉਹਨਾਂ ਦੇ ਜਨਮ ਦੇ ਇਤਿਹਾਸ ਦੀ ਸਦਰ ਨੂੰ ਇੱਕ ਕਵਿਤਾ ਰਾਹੀਂ ਪ੍ਰਣਾਮ ਕਰ ਲਈਏ ਭਾਈ। ਭਗਤਾਂ ਦੀ ਪੁੱਤ ਦੀਪ ਸਿੰਘ ਤੇ
ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ ਧੰਨ ਮਾਜੀ ਉਹਨੇ ਪਿਤਾ ਭਾਈ ਭਗਤਾ ਜੀ ਪੁੱਤ ਦੀਪ ਸਿੰਘ ਦਿੱਤਾ ਜਿਨ੍ਹਾਂ ਨੂੰ ਦਿੱਤਾ ਨੇ ਚਰਨਾਂ ਚ ਖੜਾ ਪਟਵਾਰੀ ਤੇਰੀ ਉਪਮਾ ਤੋਂ ਜਾਣੇ ਸਾਰੇ
ਕਿਸੇ